ਥਰਡ ਔਰ ਫੋਰਥ ਪਲੇਸ ਦੇ ਲਈ ਮੁਕਾਬਲਾ ਹੋਏਗਾ ਬੀਜੇਪੀ ਔਰ ਅਕਾਲੀਆਂ ਦੇ ਵਿੱਚ, ਜੋ ਨਜ਼ਰ ਆ ਰਿਹਾ ਮੇਨ ਸੀਟਾਂ ਦੇ ਉੱਤੇ ਮੁਕਾਬਲਾ, ਉਹ ਇੱਕ ਪਾਸੇ ਕਾਂਗਰਸ ਹੈ, ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ। ਉੱਥੇ ਜਿਹੜੀ ਹੁਣ ਤੱਕ ਦੀ ਵੇਵ ਬਣੀ ਹੋਈ ਹੈ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਿੰਨੋਂ ਹੀ ਸੀਟਾਂ ਮੁਕਾਬਲੇ ਦੀਆਂ ਸੀਟਾਂ ਨੇ। ਔਰ ਜਿੱਥੇ ਇਹਦੇ 'ਚ ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਾਂ ਹੁੰਗਾਰਾ ਸ਼ੁਰੂ ਤੋਂ ਹੀ ਮਿਲਿਆ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹਨਾਂ ਦੀ ਚੋਣ ਕਮਾਨ ਸੰਭਾਲੀ। ਜਿਹੜੀ ਬਹੁਤ ਹੈਰਾਨੀ ਬਹੁਤਿਆਂ ਨੂੰ ਹੋਈ ਔਰ ਜਿਹਨੇ ਬਹੁਤ ਸਾਰਿਆਂ ਨੂੰ ਹਿੰਦੂ ਤਵੀਆਂ ਨੂੰ ਜਿਹੜਾ ਉਹ ਪਰੇਸ਼ਾਨ ਵੀ ਕੀਤਾ, ਉਹ ਸਰਬਜੀਤ ਸਿੰਘ ਜਿਹੜੇ ਸ਼ਹੀਦ ਬਿਆਨ ਸਿੰਘ ਦੇ ਸਪੁੱਤਰ ਨੇ ਬਠਿੰਡੇ ਤੋਂ, ਉਹਨਾਂ ਦਾ ਫਰੀਦਕੋਟ ਤੋਂ ਉਹਨਾਂ ਦਾ ਜਿਹੜਾ ਉਭਾਰ ਹੈ। ਇਹ ਤਿੰਨ ਹਲਕੇ ਜਿਹੜੇ ਖਾਸ ਤੌਰ 'ਤੇ ਡਿਸਾਈਡਿੰਗ ਹੋ ਸਕਦੇ ਨੇ, ਉਹਨਾਂ ਨੇ ਦੇਖ ਲਿਆ ਕਿ ਭਾਈ ਅਕਾਲੀਆਂ ਦੇ ਪੀਰੀਅਡ 'ਚ ਡਰੱਗਸ ਦੀ ਸ਼ੁਰੂਆਤ ਹੋਈ, ਕਾਂਗਰਸ 'ਚ ਅਮਰਿੰਦਰ ਨੇ ਗੁਟਕੇ 'ਤੇ ਸਹੁੰ ਚੁੱਕੇ ਵਰਸਟ ਹੋਇਆ ਔਰ ਅੱਜ ਹਾਲਾਤ ਉਸ ਤੋਂ ਵੀ ਬਦਤਰ ਹੈ। ਜੇ ਅਮਿਤ ਸ਼ਾਹ ਲੁਧਿਆਣੇ ਆ ਕੇ ਜਿਹੜੇ ਬੁੱਚੜ ਬੇਅੰਤੇ ਦੇ ਪੋਤੇ ਨੂੰ ਜਿਹਨੂੰ ਬੀਜੇਪੀ ਜੁਆਇਨ ਕਰਵਾਈ ਹੈ ਉਹਨੂੰ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਇਹਨੂੰ ਤੁਸੀਂ ਦਿੱਲੀ ਭੇਜੋ, ਇਹਨੂੰ ਮੈਂ ਬੜਾ ਆਦਮੀ ਬਣਾ ਕੇ ਭੇਜਾਂਗਾ, ਔਰ ਅਸੀਂ ਬਿਲਕੁਲ ਮਾਫ਼ ਨਹੀਂ ਕਰਾਂਗੇ ਜੇ ਉਹਨਾਂ ਨੂੰ ਜਿਹਨਾਂ ਨੇ ਇਹਨਾਂ ਦੇ ਇਹਦੇ ਦਾਦੇ ਨੂੰ ਮਾਰਿਆ। ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਦੇ ਪੈਰ ਪੰਜਾਬ 'ਚ ਨਹੀਂ ਲੱਗਣਗੇ, ਵੋਟ ਪਰਸੈਂਟੇਜ ਉਹ ਦੁੱਗਣੀ ਵੀ ਕਰ ਸਕਦੇ ਨੇ। ਵਿਊਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਜਿਹੜੀਆਂ 13 ਲੋਕ ਸਭਾ ਸੀਟਾਂ ਹੈਗੀਆਂ ਨੇ ਉਹਦੇ 'ਤੇ ਚਲੋ ਇੱਕ ਪੰਥਕ ਨਜ਼ਰੀਏ ਨਾਲ ਵੀ ਦੇਖਣਾ ਬਣਦਾ ਆ। ਖਡੂਰ ਸਾਹਿਬ, ਫਰੀਦਕੋਟ ਅਤੇ ਸੰਗਰੂਰ ਦੀ ਸੀਟ ਨੂੰ ਖਾਸ ਤੌਰ 'ਤੇ ਇਹਨਾਂ ਤਿੰਨ ਸੀਟਾਂ ਦੇ ਉੱਤੇ ਜਿਹੜੀ ਪੰਥਕ ਵੋਟ ਬੈਂਕ ਹੈਗੀ ਹੈ ਜਾਂ ਪੰਥਕ ਨਿਗਾਹਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਓਵਰਆਲ ਉਹੀ ਗੱਲ ਹੈ ਕਿ ਦੋ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਜਿਹੜੀਆਂ ਬਾਕੀ ਦੀਆਂ ਸੀਟਾਂ ਹੈਗੀਆਂ ਨੇ ਉਹ ਨਜ਼ਰ ਆ ਰਿਹਾ ਆ ਮੁਕਾਬਲਾ। ਇੰਟਰਸਟਿੰਗਲੀ ਜਿਹੜਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਬਾਕੀ ਸਟੇਟਾਂ ਦੇ ਵਿੱਚ ਸੀਟ ਸ਼ੇਅਰਿੰਗ ਅਤੇ ਉਸ ਕਿਸਮ ਦੀ ਉਹਨਾਂ ਨੇ ਉਹ ਕੀਤੀ ਹੈ, ਪੰਜਾਬ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਵੀ ਖਲੋਤੇ ਆ, ਕਿਵੇਂ ਨਾ ਕਿਵੇਂ ਉਸ ਹਿਸਾਬ ਨਾਲ ਮੈਨੇਜ ਕਰ ਗਏ ਆ ਕਿ ਨਾ ਉਹ ਨੈਸ਼ਨਲੀ ਉਸ ਕਿਸਮ ਦਾ ਕੋਈ ਬਖੇੜਾ ਖੜ੍ਹਾ ਹੋਇਆ ਅਤੇ ਨਾ ਹੀ ਸਟੇਟ ਦੇ ਵਿੱਚ। ਅਤੇ ਹੁਣ ਮਤਲਬ ਜਿਹੜੀ ਦੇਸ਼ ਦੀ ਸਾਰੀ ਦੇਸ਼ ਦੀ ਲੀਡਰਸ਼ਿਪ ਹੈਗੀ ਆ ਉਹ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਤੋਂ ਲੈ ਕੇ ਪ੍ਰਿਯੰਕਾ ਗਾਂਧੀ ਤੱਕ ਅਤੇ ਨਰਿੰਦਰ ਮੋਦੀ ਤੋਂ ਲੈ ਕੇ ਅਸੀਂ ਦੇਖਦੇ ਹਾਂ ਸਾਰੀ ਲੀਡਰਸ਼ਿਪ ਬੀਜੇਪੀ ਦੀ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਰੈਲੀਆਂ ਨੂੰ ਸੰਬੋਧਨ ਕੀਤਾ ਆ। ਸੋ ਓਵਰਆਲ ਪੰਜਾਬ ਦੀ ਜਿਹੜੀ ਸਥਿਤੀ ਆ ਉਹਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਬੇਸ਼ੱਕ ਪੰਜਾਬ ਨੂੰ ਇਹਨਾਂ ਨੇ ਬਹੁਤ ਕੱਟ ਵੱਢ ਕੇ ਇੰਨਾ ਕੁ ਛੋਟਾ ਕਰ ਦਿੱਤਾ ਕਿ ਸਿਰਫ 542 ਜਾਂ 43 ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਨੇ ਉਹਦੇ 'ਚ ਪੰਜਾਬ ਦੇ ਹਿੱਸੇ ਸਿਰਫ 13 ਸੀਟਾਂ ਆਉਂਦੀਆਂ ਨੇ। ਇੱਕ ਚੰਡੀਗੜ੍ਹ ਦੀ ਸੀਟ ਹੈ, ਜਿਹੜਾ ਜ਼ਾਹਰ ਹੈ ਚੰਡੀਗੜ੍ਹ ਪੰਜਾਬ ਦਾ ਹੈ, ਪਰ ਉਹਨੂੰ ਇਹਨਾਂ ਨੇ ਪਹਿਲਾਂ ਯੂਨੀਅਨ ਟੈਰੀਟਰੀ ਬਣਾਇਆ ਔਰ ਹੁਣ ਹਾਲ ਇਹ ਹੈ ਜਿਹੜਾ ਉੱਥੋਂ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਸਾਂਝਾ ਉਮੀਦਵਾਰ ਮਨੋਜ ਤਿਵਾੜੀ ਹੈ, ਉਹਨੇ ਆਪਣੇ ਮੈਨੀਫੈਸਟੋ ਟਾਈਪ ਦੇ ਵਿੱਚ ਹੀ ਇਹ ਕਿਹਾ ਜੀ ਮੈਂ ਤਾਂ ਸਿਟੀ ਸਟੇਟ ਬਣਾ ਦਿਆਂਗਾ ਚੰਡੀਗੜ੍ਹ ਨੂੰ। ਸੋ ਮਤਲਬ ਇਹ ਹੈ ਵੀ ਈਵਨ ਪਹਿਲਾਂ ਕੱਟਿਆ ਵੱਢਿਆ, ਜੇ ਤੁਸੀਂ ਇਹ ਦੇਖੋ ਕਿ ਜਿਹੜੀਆਂ ਹਰਿਆਣੇ ਦੀਆਂ 10 ਸੀਟਾਂ ਨੇ ਇਹ ਵੀ ਪੰਜਾਬ ਦੀਆਂ ਹੀ ਸੀ, 13, 10, 23, ਅਤੇ ਤੁਸੀਂ 4 ਹਿਮਾਚਲ ਦੀਆਂ ਦੇਖੋ 27 ਦੇ ਨਾਲ ਪਲੱਸ ਇੱਕ ਚੰਡੀਗੜ੍ਹ 28, ਯਾਨੀ ਤੁਸੀਂ ਇੱਕ ਚੰਗੀ ਭਾਰ ਵਾਲੀ ਸਟੇਟ ਸੀ ਜਿਹੜੀ ਕਿ ਦਿੱਲੀ ਦੇ ਵਿੱਚ ਤੁਹਾਡਾ ਕੁਛ ਵੱਟਿਆ ਜਾਣ ਦੀ
ਪੋਸੀਬਿਲਿਟੀ ਬਣ ਜਾਂਦੀ ਸੀ। ਸੋ ਇਹਨਾਂ ਨੇ ਪਹਿਲਾਂ ਤਾਂ ਇਵੇਂ ਹੀ ਜਿਹੜੀਆਂ ਬਾਹਾਂ ਔਰ ਲੱਤਾਂ ਜਿਵੇਂ ਤੁਸੀਂ ਕੱਟ ਕੇ ਸੁੱਟ ਦਿੰਦੇ ਹੋ, ਜਿਹਨੂੰ ਲੂਲਾ ਲੰਗੜਾ ਲਫ਼ਜ਼ ਗੁਲਜ਼ਾਰੀ ਲਾਲ ਨੰਦਾ ਨੇ ਕਿਹਾ ਸੀ ਉਸ ਵੇਲੇ ਦੇ ਆਰੀਆ ਸਮਾਜੀ ਲੀਡਰਾਂ ਨੂੰ। ਸੋ ਇੱਕ ਪਾਸੇ ਤਾਂ 13 ਤੱਕ ਮਹਿਦੂਦ, ਫਿਰ ਅਸੀਂ ਦੇਖਦੇ ਹਾਂ ਵੀ ਇਸ ਦੇ ਵਿੱਚ ਵੀ ਇਹਨਾਂ ਨੇ ਡੈਮੋਗ੍ਰੈਫੀ ਇਸ ਢੰਗ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ, ਜਿਵੇਂ ਯੂਪੀ ਬਿਹਾਰ ਔਰ ਦੂਸਰੀਆਂ ਥਾਵਾਂ ਤੋਂ ਜਿਨ੍ਹਾਂ ਨੂੰ ਵੋਟਿੰਗ ਹੱਕ ਦਿੱਤੇ ਜਾਂ ਉਸ ਲੈਵਲ ਦੇ ਉੱਤੇ ਲਿਆ ਕੇ ਖੜ੍ਹਾ ਕੀਤਾ, ਕਿ ਅੱਜ ਹਾਲਤ ਇਹ ਹੈ ਵੀ ਜੇ ਹੁਣ ਪੰਥਕ ਸੀਟਾਂ ਦੀ ਗੱਲ ਮੈਂ ਤੁਸੀਂ ਵੀ ਕੀਤੀ ਅਤੇ ਉਹ ਲੈ ਦੇ ਕੇ 3 ਸੀਟਾਂ 'ਤੇ ਮਹਿਦੂਦ ਹੋਣ ਦੀ ਗੱਲ ਹੋ ਗਈ। ਹਾਲਾਂ ਜੇ ਤੁਸੀਂ ਪੰਜਾਬ ਦੇ ਵਿੱਚ ਸਿੱਖ ਆਬਾਦੀ ਦੇਖੋ ਔਰ ਜੇ ਕੁੱਲ ਮਿਲਾ ਕੇ ਜੇ ਅਸੀਂ ਅਸੈਂਬਲੀ ਤੋਂ ਪਾਰਲੀਮੈਂਟ ਵੱਲ ਜਾਈਏ, ਔਰ ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਵੀ 117 ਸੀਟਾਂ ਨੇ ਪੰਜਾਬ ਅਸੈਂਬਲੀ ਦੀਆਂ, ਉਹਦੇ 'ਚ ਸਿਰਫ 16 ਜਾਂ 17 ਹਿੰਦੂ ਮੈਜੋਰਟੀ ਸੀਟਾਂ ਨੇ, ਅਦਰਵਾਈਜ਼ ਸਾਰੀਆਂ ਸਿੱਖ ਮੈਜੋਰਟੀ। ਇਹੀ ਕਾਰਨ ਹੈ ਕਿ ਜਦੋਂ BJP ਜਾਂ ਉਸ ਤੋਂ ਪਹਿਲੇ ਉਹਦੀ ਜਿਹੜਾ ਅਵਤਾਰ ਭਾਰਤੀ ਜਨਸੰਘ ਸੀ, ਅਕਾਲੀ ਦਲ ਦੇ ਨਾਲ ਇਹਨਾਂ ਦਾ ਸਮਝੌਤਾ ਰਿਹਾ 26-27 ਸਾਲ ਤੋਂ ਲਗਾਤਾਰ ਤਾਂ ਨਾਲ ਸੀ 1997 ਤੋਂ ਜਦੋਂ BJP ਬਣੀ, ਉਸ ਤੋਂ ਪਹਿਲਾਂ ਭਾਰਤੀ ਜਨਸੰਘ ਨਾਲ ਸੀ 66 ਤੋਂ ਬਾਅਦ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ 1 ਨਵੰਬਰ 1966 ਨੂੰ ਪੰਜਾਬ ਹੋਣ 'ਚ ਆਉਂਦਾ। ਸੋ 17-18 ਸੀਟਾਂ ਹੀ ਅਕਾਲੀ ਦਲ BJP ਨੂੰ ਛੱਡਦਾ ਸੀ, ਬਾਕੀਆਂ 'ਤੇ ਉਹ ਖੁਦ ਲੜਦੇ ਸੀ ਚੋਣਾਂ, ਕਿਉਂਕਿ ਅਲਟੀਮੇਟਲੀ ਇਨ ਔਰ ਕਦੇ ਵੀ BJP ਜਿਹੜੀਆਂ ਇੱਕ ਅੱਧੀ ਵਾਰੀ ਜਦੋਂ ਬਹੁਤ ਵੇਵ ਸੀ ਅਕਾਲੀ ਵੀ 74-75 'ਤੇ ਪਹੁੰਚ ਗਏ ਸੀ, ਇਹਨਾਂ ਨੂੰ ਜਿਹੜੀਆਂ 12 ਜਾਂ 13 ਮਿਲੀਆਂ ਸੀ, ਨਹੀਂ ਤਾਂ 6-7 ਦੇ ਨੇੜੇ ਤੇੜੇ ਇਹਨਾਂ ਦੀ ਅਸੈਂਬਲੀ ਦੇ ਵਿੱਚ ਗਿਣਤੀ ਰਹਿੰਦੀ ਸੀ। ਔਰ ਅਕਾਲੀਆਂ ਦੀ ਮਦਦ ਨਾਲ ਹੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ 3 ਸੀਟਾਂ ਉਸੇ ਹੀ ਪ੍ਰਪੋਰਸ਼ਨ ਦੇ ਨਾਲ ਜੇ ਤੁਸੀਂ 13 'ਚੋਂ 3 ਕੱਢ ਦਿਓ, 10 ਜਿਹੜੀਆਂ ਨੇ ਉਹ ਆਲਮੋਸਟ 3/4 ਦੀ ਬਣ ਜਾਂਦੀ ਹੈ ਜੀ, ਉਹ ਅਕਾਲੀਆਂ ਕੋਲ ਹੁੰਦੀਆਂ ਸੀ। ਔਰ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਜੇ ਪੰਥਕ ਕਹਿਣਾ ਹੋਏ, ਜੇ 1999 ਦੇ ਵਿੱਚ 9 ਕੈਂਡੀਡੇਟ ਜਿਹੜੇ ਨੇ ਉਹ ਸਿੱਖ ਮਾਈਂਡਡ ਜਾਂ ਖਾਲਿਸਤਾਨੀ ਮਾਈਂਡਡ ਚੁਣੇ ਗਏ ਸੀ, ਅਤੇ ਅੱਜ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਵਿਦਇਨ 40 ਈਅਰਸ ਤੁਸੀਂ 84 ਤੋਂ ਬਾਅਦ ਦੇਖੋ ਅਸੀਂ ਕਿੱਥੇ ਆ ਕੇ ਖੜ੍ਹੇ ਹੋ ਗਏ। ਪਹਿਲਾ ਪਾਰਟ ਤਾਂ ਇਹ ਦੇਖਣ ਵਾਲਾ ਜੀ। ਇੱਕੋ ਇੱਕ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ 4 ਕੋਣੇ ਮੁਕਾਬਲੇ ਹੋ ਰਹੇ ਨੇ, ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਜਿਵੇਂ ਅਸੀਂ UP ਬਿਹਾਰ ਮਹਾਰਾਸ਼ਟਰ ਦੀ ਗੱਲ ਕੀਤੀ, ਉੱਥੇ ਕਿਉਂਕਿ ਮਹਾਰਾਸ਼ਟਰ ਸ਼ਿਵ ਸੈਨਾ ਬਾਲ ਠਾਕਰੇ ਦੇ ਨਾਲ ਦੀ ਜਿਹੜਾ ਉਹ ਉਧਵ ਠਾਕਰੇ ਉਹਦੇ ਨਾਲ ਅੰਡਰਸਟੈਂਡਿੰਗ ਹੈ, UP ਦੇ ਵਿੱਚ ਯਾਦਵ ਦੇ ਨਾਲ ਹੈ ਉਹਦੇ 'ਚ, ਨਾ ਬਿਹਾਰ ਦੇ ਵਿੱਚ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਨਾਲ ਹੈ, UP ਦੇ ਵਿੱਚ ਜਿਹੜਾ ਉਹ ਅਭਿਲੇਖ ਯਾਦਵ ਨਾਲ ਹੈ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜਾ ਸਿਨੇਰੀਓ ਹੈ ਉਹ ਇਸ ਵਾਰ ਕਾਫੀ ਅਨਪ੍ਰੈਡਿਕਟੇਬਲ ਹੈ। ਕਾਰਨ ਹੁਣ ਤੱਕ BJP ਔਰ ਅਕਾਲੀਆਂ ਦਾ ਸਮਝੌਤਾ ਹੁੰਦਾ ਸੀ, ਆਮ ਆਦਮੀ ਪਾਰਟੀ ਬੇਸ਼ੱਕ 2014 ਦੇ ਵਿੱਚ ਉਹਨੇ 4 ਸੀਟਾਂ ਗ੍ਰੈਬ ਕੀਤੀਆਂ ਸੀ ਪਾਰਲੀਮੈਂਟ ਦੀਆਂ, ਪਰ ਜੜ੍ਹਾਂ ਨਹੀਂ ਸੀ, ਕੋਈ ਉਹਨਾਂ ਦੇ ਕੋਲ ਆਪਣਾ ਇਨਫਰਾਸਟ੍ਰਕਚਰ ਨਹੀਂ ਸੀ। ਇੱਕ ਵੇਵ ਸੀ ਜਿਹੜੀ ਕਿ ਉਸ ਵੇਲੇ ਐਗਜ਼ਿਸਟਿੰਗ ਸਿਸਟਮ ਦੇ ਖਿਲਾਫ ਕਾਂਗਰਸ ਦੇ ਔਰ ਓਵਰਆਲ ਚੱਲ ਰਹੀ ਸੀ, ਜਿਹਦੇ 'ਚੋਂ ਕੇਜਰੀਵਾਲ ਨੇ 4 ਸੀਟਾਂ ਕੈਸ਼ ਕੀਤੀਆਂ ਜੀ। 2019 ਤੱਕ ਪਹੁੰਚਦਿਆਂ ਥੋੜ੍ਹਾ ਬਹੁਤ ਇਨਫਰਾਸਟ੍ਰਕਚਰ ਇਹਨਾਂ ਨੇ ਡਿਵੈਲਪ ਕਰ ਲਿਆ। ਅਸੈਂਬਲੀ ਚੋਣਾਂ ਤੋਂ ਦੇ ਨੇੜੇ ਤੇੜੇ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ 20-25 ਸੀਟਾਂ ਜਿਹਦੇ 'ਚ ਮੇਨ ਓਪੋਜੀਸ਼ਨ ਪਾਰਟੀ ਅਕਾਲੀਆਂ ਦੀ ਥਾਂ 'ਤੇ, ਅਕਾਲੀਆਂ ਕੋਲ 15 ਸੀਟਾਂ ਰਹਿ ਗਈਆਂ ਸੀ ਔਰ ਇਹਨਾਂ ਦੇ ਕੋਲ 25 ਦੇ ਨੇੜੇ ਤੇੜੇ ਸੀ ਜਦੋਂ ਹਰਵਿੰਦਰ ਸਿੰਘ ਫੂਲਕਾ ਜਿਹੜਾ ਲੀਡਰ ਬਣਦਾ। ਪਰ ਪਿਛਲੀਆਂ ਅਸੈਂਬਲੀ ਚੋਣਾਂ 2 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਬੜਤ ਜਾਂ ਜਿਸ
ਅੰਦਾਜ਼ ਦੇ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ 117 ਚੋਂ ਲਈਆਂ। ਇਸ ਤੋਂ ਪਹਿਲਾਂ ਤਾਂ 66 ਤੋਂ ਜਦੋਂ ਤੋਂ ਪੰਜਾਬ ਬਣਿਆ ਕਿਸੇ ਕੋਲ ਵੀ ਨਹੀਂ ਸੀ। ਹੁਣ ਅੱਜ ਜਦੋਂ ਕਿ ਪਾਰਲੀਮੈਂਟੀ ਚੋਣਾਂ ਲੜੀਆਂ ਜਾ ਰਹੀਆਂ ਨੇ, 92 ਸੀਟਾਂ ਵਾਲੀ ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਦੀ ਹਕੂਮਤ ਹੈ। ਅੰਡਰਸਟੈਂਡਿੰਗ ਪੋਲੀਟੀਕਲ ਅਲਾਇੰਸ ਉਹਨਾਂ ਨੇ ਕਾਂਗਰਸ ਦੇ ਨਾਲ ਕੀਤਾ, ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਇੱਕ ਪਾਸੇ ਔਰ ਕਾਂਗਰਸ ਦੇ ਬਦਲ ਹੀ ਹੁੰਦਾ ਸੀ, ਜਿਹਨੂੰ ਤੁਸੀਂ ਉਹ ਮਿਊਜ਼ੀਕਲ ਚੇਅਰਸ ਦੀ ਗੇਮ ਕਹਿੰਦੇ ਹੋ ਕਿ ਉੱਤਰ ਕੱਟੋ ਮੈਂ ਚੜ੍ਹਾਂ, ਨਹੀਂ ਉਸ ਵਾਲਾ ਜਿਹੜਾ ਰੋਲ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਵੇਲੇ ਜਿਹੜਾ ਗਰਾਊਂਡ ਸੀਨੇਰੀਓ ਹੈ ਉਹ 3 ਸੀਟਾਂ ਪੰਥਕ ਜਿਨ੍ਹਾਂ ਨੂੰ ਤੁਸੀਂ ਮਾਰਕ ਕੀਤਾ ਹੈ, ਸੰਗਰੂਰ ਹੈ, ਬਠਿੰਡਾ ਹੈ ਔਰ ਖਡੂਰ ਸਾਹਿਬ ਹੈ ਜੀ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਜਿਹੜੇ ਕੈਂਡੀਡੇਟ ਨੇ, ਜੇ ਤੁਸੀਂ ਸੰਗਰੂਰ ਦੇ ਹਵਾਲੇ ਜਿੱਥੇ ਕਿ ਮਾਨ ਸਾਹਿਬ ਆਪਣੀ ਸੀਟ ਨੂੰ ਰਿਟੇਨ ਰੱਖਣ ਦੇ ਲਈ ਲੜ ਰਹੇ ਨੇ, ਉਹਦੇ 'ਚ ਕਿਵੇਂ ਸੁਖਪਾਲ ਖਹਿਰਿਆਂ ਨੂੰ ਜਿਹੜਾ ਸਿਟਿੰਗ MLA ਹੈ ਇੱਥੋਂ ਭੁਲੱਥ ਕਪੂਰਥਲੇ ਤੋਂ, ਉਹਨੂੰ ਲਿਜਾ ਕੇ ਉੱਥੇ ਕਾਂਗਰਸ ਨੇ ਖੜ੍ਹਾ ਕੀਤਾ। ਫਿਰ ਅਸੀਂ ਦੇਖਦੇ ਹਾਂ ਵੀ ਕਿਉਂਕਿ ਉਹਨੂੰ ਆਪਣੀ ਰਾਜਧਾਨੀ ਮੰਨਦੇ ਨੇ ਆਮ ਆਦਮੀ ਪਾਰਟੀ ਵਾਲੇ, ਭਗਵੰਤ ਮਾਨ ਦੀ ਸੀਟ ਸੀ ਸੰਗਰੂਰ ਦੀ, ਉੱਥੋਂ ਉਹਨੇ ਆਪਣੇ ਕਲੋਜ਼ ਜਿਹੜਾ ਬੰਦਾ ਬੜੀ ਹੈ ਉਹਨੂੰ ਲਿਆ ਕੇ ਖੜ੍ਹਾ ਕੀਤਾ ਔਰ ਉਹਦੇ 'ਤੇ ਪੂਰਾ ਤਾਕਤ ਝੋਕੀ ਹੋਈ ਹੈ। BJP ਨੇ ਕਿਵੇਂ ਉਸ ਬੰਦੇ ਨੂੰ ਜਿਹਦੇ ਕੋਲ ਪੈਸਾ ਹੈ, ਉਹ ਧਨਵੀ ਅਰਵਿੰਦ ਖੰਨਾ, ਉਹਨੂੰ ਲਿਆਂਦਾ, ਕਿਉਂਕਿ ਸੰਗਰੂਰ ਸਾਈਜ਼ੇਬਲ, ਉਹਦੇ 'ਚ ਮੰਡੀਆਂ ਦਾ ਇਲਾਕਾ ਵੀ ਪੈਂਦਾ, ਸੋ ਹਿੰਦੂ ਵੋਟਰ ਵੀ ਹੈ। ਸੋ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਨਿਰੋਲ ਆਪਣੇ ਕੰਮਾਂ ਦੇ ਆਧਾਰ 'ਤੇ ਜਾਂ ਪੰਥਕ ਏਜੰਡਾ ਜਾਂ ਪਾਰਲੀਮੈਂਟ 'ਚ ਕਾਰਗੁਜ਼ਾਰੀ ਜਾਂ ਜਿਹੜੀ ਪਾਰਲੀਮੈਂਟਰੀ ਫੰਡ ਮਿਲਦਾ ਉਹਨਾਂ ਨੇ ਲੋਕਾਂ ਤੱਕ ਪਹੁੰਚਾਇਆ, ਇਸ ਆਧਾਰ 'ਤੇ ਲੜਿਆ ਜਾ ਰਿਹਾ। ਹੁਣ ਕੁੱਲ ਮਿਲਾ ਕੇ ਜਿਹੜੀ ਲੜਾਈ BJP ਹੈ, BJP ਨੇ ਤਾਂ ਉਹਨਾਂ ਨੇ ਨਾ ਕੋਈ ਕੰਮ ਗਿਣਾਇਆ ਨਾ ਕੋ, ਉਹ ਤਾਂ ਮੋਦੀ ਜੀ ਪੰਜਾਬ ਦੇ ਵਿੱਚ ਵੀ ਜਿਵੇਂ ਤੁਸੀਂ ਕਿਹਾ ਕਿ ਵੀ ਇੱਕ ਤੋਂ ਬਾਅਦ ਇੱਕ ਉਹਨਾਂ ਦਾ ਜਿਹੜੀ ਚੋਣ ਰੈਲੀ, ਔਰ ਤੁਸੀਂ ਜੇ ਮੋਦੀ ਦੀ ਸਟ੍ਰੈਟਜੀ ਦੇ, ਕਿਉਂਕਿ ਹੁਣ ਚੋਣ ਪ੍ਰਚਾਰ ਪੰਜਾਬ 'ਚ ਖਤਮ ਹੋ ਗਿਆ ਔਰ ਇੱਧਰ ਨੂੰ ਜਿਹੜਾ ਕੰਨਿਆ ਕੁਮਾਰੀ ਉਹਦੇ ਵਿਵੇਕਾਨੰਦ ਰੌਕ 'ਤੇ ਚੜ੍ਹਨ ਤੋਂ ਪਹਿਲਾਂ ਮੋਦੀ ਨੇ ਪੰਜਾਬ 'ਚ ਹੁਸ਼ਿਆਰਪੁਰ 'ਚ ਐਡਰੈਸ ਕੀਤਾ, ਦੂਜੇ 'ਚ ਕੀਤਾ, ਪਹਿਲੀ ਆਪਣੀ ਫੇਰੀ ਵੇਲੇ ਉਹ। ਔਰ ਤੁਸੀਂ ਇਹ ਦੇਖੋਗੇ ਕਿ ਜਿਹੜਾ ਸਭ ਤੋਂ ਵੱਡਾ ਤਾਕਤ ਦਾ ਸੋਮਾ ਪੰਜਾਬ ਨੇ ਇਹਨਾਂ ਵਰ੍ਹਿਆਂ 'ਚ ਦਿੱਤਾ ਉਹ ਸੀ ਕਿਸਾਨ ਮੋਰਚੇ ਜੀ, ਕਿਸਾਨ ਕਾਨੂੰਨ ਵਾਪਸ ਕਰਾਉਣਾ। ਨਾ ਤੁਹਾਨੂੰ ਕੋਈ ਵੀ BJP ਦੇ ਸਟਾਰ ਪ੍ਰਚਾਰਕ ਮੋਦੀ, ਅਮਿਤ ਸ਼ਾਹ ਜਾਂ ਦੂਜੇ ਵੀ ਜਿਹੜੇ ਉਤਰੇ ਨੇ, ਕਿਸਾਨਾਂ ਨੂੰ ਉਹਨਾਂ ਨੇ ਬਿਲਕੁਲ ਇੱਕ ਖੂੰਜੇ ਲਾ ਦਿੱਤਾ, ਉਹਦਾ ਕੋਈ ਜਿਹੜਾ ਮੈਨਸ਼ਨ ਤੱਕ ਨਹੀਂ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਹੁਣ ਉਹਨਾਂ ਦੇ ਐਨਾਲਿਸਟ ਵੀ ਕਹਿ ਰਹੇ ਨੇ, ਉਹਨਾਂ ਨੇ ਕੈਲਕੂਲੇਟ ਕੀਤਾ ਕਿ 18-19% ਜੱਟ ਜਾਂ ਕਿਸਾਨ ਵੋਟ ਹੈ ਉਹਨਾਂ ਨੂੰ ਤੁਸੀਂ ਛੱਡੋ, ਔਰ ਦੂਜੇ ਪਾਸੇ ਤੁਸੀਂ 33-34% ਦਲਿਤ ਵੋਟ ਹੈ, ਹਿੰਦੂ ਵੋਟ ਜਿਹੜੀ 18-20%, ਹਾਲਾਂ 12-13% ਸਵਰਨ ਹਿੰਦੂ ਨੇ, ਪੰਜਾਬ 'ਚ ਜ਼ਿਆਦਾ ਨਹੀਂ ਹੈ ਜੀ। ਔਰ ਈਵਨ ਸਿੱਖਾਂ ਦੇ ਵਿੱਚ ਜਿਹੜੀ ਨੌਨ ਕਿਸਾਨ ਸਿੱਖ ਪਾਪੂਲੇਸ਼ਨ ਹੈ ਉਸ ਦੇ ਉੱਤੇ ਵੀ ਤੁਸੀਂ ਪੋਚ ਕਰੋ, ਜਿਹਨੂੰ ਕਿ ਜ਼ਾਤ ਪਾਤ ਦੀ ਜਿਹੜੀ ਹੈ ਅੱਗ ਦੇ ਥੱਲੇ ਵੰਡ, ਔਰ ਉਹਦੇ 'ਚ ਤੁਸੀਂ ਦੇਖੋਗੇ ਕਿ ਕਿਵੇਂ ਹੁਣ ਦੀ ਜਿਹੜੀ ਮੋਦੀ ਦਾ ਲੈਕਚਰ ਹੈ ਉਹ ਹੁਸ਼ਿਆਰਪੁਰ 'ਚ ਹੋਏ, ਉਹਨਾਂ ਨੇ ਉਹ ਇਹ ਸਮਝਦੇ ਨੇ ਕਿ ਜੇ 34% ਦਲਿਤ ਵੋਟ 'ਚੋਂ 10-15% ਉਹ ਲੈ ਜਾਣ ਅਤੇ 15% ਦੇ ਨੇੜੇ ਤੇੜੇ ਉਹ ਹਿੰਦੂ ਵੋਟ ਕੰਸੋਲੀਡੇਟ ਉਹਨਾਂ ਦੀ ਹੋ ਜਾਂਦੀ ਹੈ, ਕਿਉਂ ਅਤੇ ਫਿਰ ਉਹਨਾਂ ਦੇ ਕੋਲ ਜਿਹੜਾ ਉਹ ਪਾਰਲੀਮੈਂਟ ਸੀਟਾਂ 'ਚ ਸ਼ਾਇਦ, ਮੇਰਾ ਆਪਣਾ ਅੰਦਾਜ਼ਾ ਕਿ BJP ਨੂੰ ਸ਼ਾਇਦ ਇੱਕ ਵੀ ਸੀਟ ਨਾ ਮਿਲੇ, ਉਹਨਾਂ ਨੇ ਵੀ ਸ਼ਾਇਦ ਇਹੀ ਕੈਲਕੂਲੇਟ ਕੀਤਾ, ਪਰ ਉਹ ਤਾਂ ਹੈੱਡ ਕਰ ਰਹੇ ਨੇ ਅਸੈਂਬਲੀ 'ਚ ਆਉਣਾਂ ਲਈ, ਕਿਉਂਕਿ ਉਹ ਪੰਜਾਬ ਦੀ ਤਾਕਤ ਗ੍ਰੈਬ ਕਰਨਾ ਚਾਹੁੰਦੇ ਨੇ। ਇਹੀ ਕਾਰਨ ਹੈ ਕਿ ਹੁਸ਼ਿਆਰਪੁਰ ਦੇ ਆਪਣੇ ਇਕੱਠ 'ਚ ਮੋਦੀ
ਜਿਹੜਾ ਉਹ ਕਹਿੰਦਾ ਜੀ ਮੈਂ ਬਨਾਰਸ ਵਾਰਾਣਸੀ ਤੋਂ MP ਹੈ ਕਾਂਸ਼ੀ, ਜਿੱਥੇ ਜਿਹੜੇ ਨੇ ਗੁਰੂ ਰਵਿਦਾਸ ਜੀ ਪੈਦਾ ਹੋਏ, ਅਤੇ ਇਹ ਮਿੰਨੀ ਕਾਂਸ਼ੀ ਹੈ ਹੁਸ਼ਿਆਰਪੁਰ ਜਿੱਥੇ ਉਹਨਾਂ ਦਾ ਇਹ ਸਾਰਾ ਔਰ ਇਹ ਵੋ ਹੈ ਔਰ ਉਹਨਾਂ ਦੇ ਹੱਕਾਂ ਦੀ ਗੱਲ। ਔਰ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਦੇਖੋਗੇ ਕਿ ਸਭ ਤੋਂ ਗੰਦਾ ਰੋਲ ਜੇ ਇਸ ਸਾਰੇ ਪੀਰੀਅਡ 'ਚ BJP ਦੇ ਬਿਹਾਫ 'ਚ ਪੰਜਾਬ 'ਚ ਕੋਈ ਪੈਦਾ ਕਰ ਰਿਹਾ ਹੈ ਤਾਂ ਉਹ ਹੰਸਰਾਜ ਹੰਸ ਹੈ। ਉਹ ਉਸ ਨਫ਼ਰਤ ਨੂੰ ਪੈਦਾ ਕਰ ਰਿਹਾ ਤਾਂ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਦਲਿਤ ਵੋਟਰ ਕਿਸਾਨ ਦੇ ਨਾਲ ਜਿਹੜਾ ਸੀਰੀ ਹੈ ਜਾਂ ਮਜ਼ਦੂਰ ਹੈ ਉਹਨਾਂ ਦੇ ਕੰਨਾਂ 'ਚ ਭਰ ਰਿਹਾ ਕਿ ਬਹੁਤ ਜਲਦੀ ਤੁਸੀਂ ਮੂਹਰਲੇ ਲਾਈਨ 'ਤੇ ਹੋਵੋਗੇ, ਦੂਸਰੇ ਪਿੱਛੇ ਖਲੋਤੇ ਹੋਣਗੇ, ਔਰ ਉਹ ਕਹਿ ਰਹੇ ਜੀ ਮੇਰੇ 'ਤੇ ਕਰ ਰਹੇ ਨੇ ਔਰ ਮੈਨੂੰ ਹੀ ਕਿਉਂ ਤੰਗ ਕਰ ਰਹੇ ਨੇ। ਸੋ ਜਿਹੜਾ ਅੰਡਰ ਕਰੰਟ ਹੈ ਜੋ ਕਿ BJP ਦੀ ਡਿਵਾਈਡ ਐਂਡ ਰੂਲ ਦੇ ਥੱਲੇ ਜਿਵੇਂ ਇਹਨਾਂ ਨੇ ਹਿੰਦੂ ਮੁਸਲਮਾਨ ਨਫ਼ਰਤ ਪੈਦਾ ਕੀਤੀ, ਪੰਜਾਬ 'ਚ ਤਾਂ ਮੁਸਲਮਾਨਾਂ ਦੀ ਪਾਪੂਲੇਸ਼ਨ ਮਲੇਰਕੋਟਲੇ ਨੂੰ ਛੱਡ ਕੇ ਕਿਤੇ ਹੈ ਨਹੀਂ। ਸੋ ਪੰਜਾਬ 'ਚ ਈਵਨ ਬਾਈ ਐਂਡ ਲਾਰਜ ਕੋਈ ਹਿੰਦੂ ਸਿੱਖ ਰਾਇਟਸ ਵੀ ਨਹੀਂ ਕਦੇ ਹੋਏ ਇਹ, ਔਰ ਇਹਦੇ ਬਾਵਜੂਦ ਉਹ ਇਹ ਸੈਕਸ਼ਨ ਦੇ ਉੱਤੇ ਕਾਊਂਟ ਕਰ ਰਿਹਾ ਕਿ ਵੀ ਇਹਨਾਂ ਦੀ ਜਿਹੜੀ ਹੈ ਉਹ ਸੌਦੇਬਾਜ਼ੀ ਜਿਹੜੀ ਇਹ ਕਰਨਾ ਚਾਹੁੰਦੇ ਨੇ ਗਰਾਊਂਡ ਲੈਵਲ 'ਤੇ। ਹਾਲਾਂ ਅਸੀਂ ਸਮਝਦੇ ਹਾਂ ਕਿ ਪੰਜਾਬ ਦਾ ਦਲਿਤ ਮੈਚਿਓਰ ਹੈ, ਖਾਸ ਤੌਰ 'ਤੇ ਦੁਆਬੇ 'ਚੋਂ ਜਿਹੜਾ ਬਾਹਰ ਗਿਆ ਉਹਨਾਂ ਨੂੰ ਪਤਾ ਹੈ ਕਿ ਵੀ ਅਲਟੀਮੇਟਲੀ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ੍ਹ, ਇਹ ਕਾਂਸ਼ੀ ਰਾਮ ਦਾ ਕਹਿਣਾ, ਜਿਹੜਾ ਕਾਂਸ਼ੀ ਰਾਮ ਉਸ ਪੰਜਾਬ ਦੀ ਧਰਤੀ ਨਹੀਂ ਦਿੱਤਾ ਹੈ ਜਿਹਨੇ ਕਿ UP ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਨੂੰ ਹਿਲਾਇਆ। ਸੋ ਇਸ ਸਭ ਦੇ ਚੱਲਦਿਆਂ ਜਿਹੜਾ ਮੈਨੂੰ ਇਹ ਲੱਗਦਾ ਕਿ ਵੀ ਪੰਥਕ ਸੀਟਾਂ ਦੀ ਗੱਲ ਅਸੀਂ ਕਰ ਲਈਏ ਨਾਲ ਦੀ ਨਾਲ ਕਿ ਉੱਥੇ ਜਿਹੜੀ ਹੁਣ ਤੱਕ ਦੀ ਵੇਵ ਬਣੀ ਹੋਈ ਹੈ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਿੰਨੋਂ ਹੀ ਸੀਟਾਂ ਮੁਕਾਬਲੇ ਦੀਆਂ ਸੀਟਾਂ ਨੇ। ਔਰ ਜਿੱਥੇ ਇਹਦੇ 'ਚ ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਾਂ ਹੁੰਗਾਰਾ ਸ਼ੁਰੂ ਤੋਂ ਹੀ ਮਿਲਿਆ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹਨਾਂ ਦੀ ਚੋਣ ਕਮਾਨ ਸੰਭਾਲੀ, ਆਲਰੇਡੀ ਉੱਥੋਂ ਉਹਨਾਂ ਨੇ ਚੋਣ ਲੜੀ ਸੀ, 2 ਲੱਖ ਤੋਂ ਜ਼ਿਆਦਾ ਵੋਟਾਂ ਲਈਆਂ ਸੀ। ਲੇਕਿਨ ਜਿਹੜੀ ਬਹੁਤ ਹੈਰਾਨੀ ਬਹੁਤਿਆਂ ਨੂੰ ਹੋਈ ਔਰ ਜਿਹਨੇ ਬਹੁਤ ਸਾਰਿਆਂ ਨੂੰ ਹਿੰਦੂ ਤਵੀਆਂ ਨੂੰ ਜਿਹੜਾ ਉਹ ਪਰੇਸ਼ਾਨ ਵੀ ਕੀਤਾ, ਉਹ ਸਰਬਜੀਤ ਸਿੰਘ ਜਿਹੜੇ ਸ਼ਹੀਦ ਬਿਆਨ ਸਿੰਘ ਦੇ ਸਪੁੱਤਰ ਨੇ ਬਠਿੰਡੇ ਤੋਂ, ਉਹਨਾਂ ਦਾ ਫਰੀਦਕੋਟ ਤੋਂ ਉਹਨਾਂ ਦਾ ਜਿਹੜਾ ਉਭਾਰ ਹੈ ਔਰ ਸਡਨ ਉਭਾਰ, ਔਰ ਇਹਦੇ ਬਾਵਜੂਦ ਕਿ ਉਹ ਪਹਿਲਾਂ ਵੀ ਹਾਲਾਂ ਮਾਨ ਅਕਾਲੀ ਦਲ ਦੀ ਸੀਟ 'ਤੇ 2 ਵਾਰ ਲੜੇ ਲੇਕਿਨ ਉਹ ਨੋਨ ਐਗਜ਼ਿਸਟੈਂਟ ਵਾਂਗ ਸੀ, ਹਾਲਾਂ ਵੋਟਾਂ ਉਦੋਂ ਵੀ ਉਹਨਾਂ ਨੇ ਬਠਿੰਡੇ ਤੋਂ ਹੀ ਸ਼ਾਇਦ ਇੱਕ ਵਾਰੀ 1 ਲੱਖ ਤੋਂ ਜ਼ਿਆਦਾ ਉਹਨਾਂ ਨੇ ਲਈਆਂ ਸੀ। ਹੁਣ ਇਸ ਸਾਰੇ ਨੂੰ ਅਸੀਂ ਜਿਹੜਾ ਜਿਵੇਂ ਬਾਕੀ ਪੰਥ ਧਰਤੀਆਂ ਵਾਂਗ ਹੋਪ ਕਰਦੇ ਹਾਂ ਕਿ ਭਾਈ ਇਹ ਜਿਹੜਾ ਐਟਲੀਸਟ ਪੰਜਾਬ ਦੀ ਅਣਖ ਔਰ ਗੈਰਤ ਦੇ ਪ੍ਰਤੀਕ ਜਿਹੜੇ ਹਲਕੇ ਨੇ ਇਹਨਾਂ 'ਚੋਂ ਜਿਹੜੀ ਹੈ ਉਹ ਚੰਗਾ ਮੁਕਾਬਲਾ ਨਿਕਲੇ, ਜਿੱਤ ਨਿਕਲੇ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ ਘੱਟੋ ਘੱਟ ਆਪਣੀ ਇਹ ਹਾਜ਼ਰੀ ਤਾਂ ਜ਼ਰੂਰ ਦਰਜ ਕਰਵਾਉਣ। ਔਰ ਬਠਿੰਡਾ ਸੀਟ ਜਿਹੜੀ ਸ਼ਾਇਦ ਬਾਦਲਾਂ ਦੇ ਲਈ, ਬਾਕੀ ਤਾਂ ਉਹਨਾਂ ਨੇ 3rd ਔਰ 4th ਪਲੇਸ ਦੇ ਲਈ ਮੁਕਾਬਲਾ ਹੋਏਗਾ BJP ਔਰ ਅਕਾਲੀਆਂ ਦੇ ਵਿੱਚ, ਜੋ ਨਜ਼ਰ ਆ ਰਿਹਾ ਮੇਨ ਸੀਟਾਂ ਦੇ ਉੱਤੇ ਮੁਕਾਬਲਾ ਉਹ ਇੱਕ ਪਾਸੇ ਕਾਂਗਰਸ ਹੈ, ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ। ਪਿਛਲੀ ਪਾਰਲੀਮੈਂਟ 'ਚ ਜੇ 9 ਸੀਟਾਂ ਸੀ ਕਾਂਗਰਸ ਦੇ ਕੋਲ, ਅਤੇ ਇਸ ਵਾਰ ਉਹ 5-4 ਹੋ ਸਕਦੀਆਂ, ਕਿਸੇ ਨਾ ਕਿਸੇ ਪਾਸਿਓਂ ਕਿੱਧਰ ਨੂੰ ਬੜਤ ਜਾਂਦੀ ਹੈ ਕੀ ਜਾਂਦਾ ਹੈ। ਲੇਕਿਨ ਇਸ ਸਾਰੇ ਦੇ ਅੰਡਰ ਕਰੰਟ 'ਚ ਅਸੀਂ ਜਿਹੜੀ ਸ਼ੈਤਾਨੀ BJP ਦੀ ਦੇਖਦੇ ਹਾਂ, ਜੇ ਅਮਿਤ ਸ਼ਾਹ ਲੁਧਿਆਣੇ ਆ ਕੇ ਜਿਹੜੇ ਬੁੱਚੜ ਬੇਅੰਤੇ ਦੇ ਪੋਤੇ ਨੂੰ ਜਿਹਨੂੰ BJP ਜੁਆਇਨ ਕਰਵਾਈ ਹੈ ਉਹਨੂੰ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਇਹਨੂੰ ਤੁਸੀਂ ਦਿੱਲੀ ਭੇਜੋ, ਇਹਨੂੰ ਮੈਂ ਬੜਾ ਆਦਮੀ ਬਣਾ ਕੇ ਭੇਜਾਂਗਾ, ਔਰ ਅਸੀਂ ਬਿਲਕੁਲ ਮਾਫ਼ ਨਹੀਂ ਕਰਾਂਗੇ ਜੇ ਉਹਨਾਂ ਨੂੰ ਜਿਹਨਾਂ ਨੇ ਇਹਨਾਂ ਦੇ ਇਹਦੇ ਦਾਦੇ ਨੂੰ ਮਾਰਿਆ। ਸੋ ਅਸੀਂ ਇਹ ਦੇਖ ਰਹੇ ਹਾਂ ਔਰ ਗਰਾਊਂਡ ਲੈਵਲ 'ਤੇ ਨਫ਼ਰਤ, ਦਲਿਤ ਭਾਈਚਾਰੇ ਜਿਹਦੇ ਲਈ
ਹੰਸਰਾਜ ਹੰਸ ਉਹਨਾਂ ਦਾ ਮੇਨ ਸਪੋਕਸਪਰਸਨ ਬਣਿਆ ਹੋਇਆ। ਸੋ ਇਹ ਖਤਰਨਾਕ ਰੁਝਾਨ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਨੇ 2014 'ਚ ਵੀ ਮੋਦੀ ਦਾ ਰੱਥ ਰੋਕਿਆ ਸੀ। ਪੰਜਾਬ ਦੇ ਵਿੱਚ ਭਾਵੇਂ 4 ਸੀਟਾਂ ਆਮ ਆਦਮੀ ਪਾਰਟੀ ਨੂੰ ਹੀ ਮਿਲੀਆਂ ਸੀ। 2019 'ਚ ਜਦੋਂ ਈਵਨ ਸਿਕਿਉਰਿਟੀ ਦੇ ਨਾਂ ਥੱਲੇ ਇੱਕ ਪੂਰੀ ਵੇਵ ਚਲਾਈ ਗਈ ਸੀ, ਉਸ ਨੂੰ ਵੀ ਪੰਜਾਬ ਨੇ ਰੋਕਿਆ ਸੀ। ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਵਾਰ BJP ਕੋਈ ਇੱਕ ਅੱਧੀ ਸੀਟ ਵੀ ਕੱਢ, ਹਾਂ ਚੰਡੀਗੜ੍ਹ ਦੀ ਸੀਟ ਥੋੜ੍ਹੀ ਬਹੁਤ ਉਹ ਕੰਟੈਸਟਡ ਹੈਗੀ ਹੈ, ਉਹਦੇ 'ਚੋਂ BJP ਬੀਟ ਕਰ ਸਕਦੀ ਹੈ ਉਹਨੂੰ, ਉਹ ਵਿਸ਼ਵਨਾਥ ਤਿਵਾੜੀ ਦੇ ਮੁੰਡੇ ਨੂੰ। ਪੰਜਾਬ 'ਚ ਨਹੀਂ ਹੈ ਇਸ ਕਿਸਮ ਦਾ, ਔਰ ਇਹੀ ਸਿਨੇਰੀਓ ਜਿਹੜਾ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ, ਕਿਉਂਕਿ ਅਜੇ ਵੋਟਾਂ ਦੀ ਪਰਸੈਂਟੇਜ ਵੀ ਡਿਸਾਈਡ ਕਰੇਗੀ ਜਿੱਦਣ 1 ਜੂਨ ਨੂੰ ਪੈਂਦੀਆਂ, ਅਖੀਰਲੇ 72 ਘੰਟੇ ਆਪਣੇ ਆਪ 'ਚ ਕਰੂਸ਼ਲ ਨੇ। ਔਰ ਲੋਕਾਂ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੇ ਮੁੱਦਾ ਹੈ ਇਸ ਵੇਲੇ, ਜਿੱਥੇ ਕੌਮੀ ਗੈਰਤ ਔਰ ਬੰਦੀ ਸਿੰਘਾਂ ਦਾ ਮੁੱਦਾ ਵੀ ਹਾਈਲਾਈਟ ਹੋਇਆ, ਉੱਥੇ ਡਰੱਗ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹ 3 ਹਲਕੇ ਜਿਹੜੇ ਖਾਸ ਤੌਰ 'ਤੇ ਡਿਸਾਈਡਿੰਗ ਹੋ ਸਕਦੇ ਨੇ, ਉਹਨਾਂ ਨੇ ਦੇਖ ਲਿਆ ਕਿ ਭਾਈ ਅਕਾਲੀਆਂ ਦੇ ਪੀਰੀਅਡ 'ਚ ਡਰੱਗਸ ਦੀ ਸ਼ੁਰੂਆਤ ਹੋਈ, ਕਾਂਗਰਸ 'ਚ ਅਮਰਿੰਦਰ ਨੇ ਗੁਟਕੇ 'ਤੇ ਸਹੁੰ ਚੁੱਕੇ ਵਰਸਟ ਹੋਇਆ, ਔਰ ਅੱਜ ਹਾਲਾਤ ਉਸ ਤੋਂ ਵੀ ਬਦਤਰ ਹੈ। ਔਰ ਇਹ ਜਿਹੜਾ ਬਿਲਕੁਲ ਕੇਜਰੀਵਾਲ ਦੀ ਪਾਰਟੀ ਉਹਨਾਂ ਨੀਤੀਆਂ ਨੂੰ ਹੀ ਅੱਗੇ ਤੋਰ ਰਹੀ ਹੈ, ਜਿਹੜਾ BJP ਦੀ 20 ਟੀਮ ਵਾਂਗ ਹੀ ਹੈ। ਵੱਖਰੀ ਗੱਲ ਹੈ ਕਿ ਭਾਈ ਕਿਹਨੇ ਕਿਹਨੂੰ ਗ੍ਰਿਫਤਾਰ ਕੀਤਾ ਜਾਂ ਵਾਪਸ ਉਹਨੂੰ, ਸੁਪਰੀਮ ਕੋਰਟ ਨੇ ਕਿਹਾ ਵੀ ਤੂੰ ਚੱਲ 1 ਜੂਨ ਨੂੰ ਅੰਦਰ ਚੱਲ, ਉਹ ਹੈਲਥ ਗਰਾਊਂਡ ਦੇ ਉੱਤੇ ਬੇਲ ਮੰਗ ਰਿਹਾ। ਸੋ ਕੁੱਲ ਮਿਲਾ ਕੇ ਇੱਕ ਗੱਲ ਤਾਂ ਦੀ ਸੰਭਾਵਨਾ ਤਾਂ ਆਲਮੋਸਟ ਨਜ਼ਰ ਆਉਂਦੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ BJP ਦੇ ਪੈਰ ਪੰਜਾਬ 'ਚ ਨਹੀਂ ਲੱਗਣਗੇ, ਵੋਟ ਪਰਸੈਂਟੇਜ ਉਹ ਦੁੱਗਣੀ ਵੀ ਕਰ ਸਕਦੇ ਨੇ। ਪਹਿਲਾਂ ਪਿਛਲੀਆਂ ਚੋਣਾਂ 6-8% ਵੋਟਾਂ ਪੰਜਾਬ 'ਚ ਉਹਨਾਂ ਨੂੰ ਮਿਲੀਆਂ, ਔਰ ਐਤਕੀ ਉਹਨਾਂ ਨੇ ਜਿਹੜੇ ਵੱਡੇ ਵੱਡੇ ਪਗੜਾਂ ਵਾਲੇ ਅਮਰਿੰਦਰ ਤੋਂ ਲੈ ਕੇ ਇਸ ਕਿਸਮ ਦੇ ਜੁਆਇਨ ਕਰਨ ਆਏ ਨੇ, ਪ੍ਰਨੀਤ ਕੌਰ ਖੜੀ ਹੈ ਜਾਂ ਦੂਸਰੇ ਪਾਸੇ ਉਹਦਾ ਬੁੱਚੜ ਬਿਅੰਤੇ ਦਾ ਪੋਤਾ ਹੈ ਜਾਂ ਦੂਜੇ ਹਾਈਲਾਈਟ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਵੋਟ ਪਰਸੈਂਟੇਜ ਉਹਨਾਂ ਦੀ ਵਧੇਗੀ। ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਉਹ ਕੋਈ ਸੀਟ ਕੱਢਣ ਦੀ ਸਮਰੱਥਾ ਰੱਖਦੇ ਨੇ ਅੱਜ ਦੀ ਡੇਟ 'ਚ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ BJP ਦੇ ਫੈਕਟਰ ਨੂੰ ਜੇ ਅਸੀਂ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਲੱਗਦੇ ਹੱਥ ਉਹਨੂੰ ਵੀ ਅਸੀਂ ਡਿਸਕਸ ਕਰ ਲਈਏ, BJP ਦਾ ਜਿਹੜਾ ਪੰਜਾਬ ਦੇ ਵਿੱਚ ਆਮਦ ਦੇ ਹਵਾਲੇ ਨਾਲ ਜੇ ਦੇਖਿਆ ਜਾਵੇ, ਕਿਉਂਕਿ ਉਹ ਬਹੁਤ ਜ਼ੋਰ ਲਾ ਰਹੇ ਆ, ਜਿਹੜੀ ਉਹਨਾਂ ਦੀ ਸਟ੍ਰੈਟਜੀ ਸੀਗੀ ਪਹਿਲਾਂ, ਮਤਲਬ ਉਹਨਾਂ ਨੇ ਕੰਪਲੀਟਲੀ ਜਿਹੜਾ ਹਿੰਦੂਤਵਾ ਦਾ ਚਿਹਰਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਉਹ ਗੱਲ ਨਹੀਂ ਬਣੀ ਹੈਗੀ, ਹਿੰਦੂ ਚਿਹਰੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਉਹ ਵੀ ਗੱਲ ਨਹੀਂ ਬਣੀ। ਇਸ ਵਾਰੀ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਉਹ ਜਿਹੜੇ ਸਿੱਖ ਚਿਹਰੇ ਹੈਗੇ ਆ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ, ਉਹੀ ਨਾਮਾਂ ਵਾਲੇ, ਇੱਧਰੋਂ ਫੜਿਆ ਕਿਸੇ ਨੂੰ, ਇੱਧਰੋਂ ਫੜਿਆ ਤਰਨਜੀਤ ਸੰਧੂ ਦੀ ਬੈਕਗਰਾਊਂਡ, ਪਰਿਵਾਰਕ ਬੈਕਗਰਾਊਂਡ, ਮਤਲਬ ਅਮਰੀਕਾ ਤੋਂ ਲਿਜਾ ਕੇ ਉੱਥੇ ਉਹਨਾਂ ਨੇ ਅੰਮ੍ਰਿਤਸਰ ਉਤਾਰਿਆ ਆ। ਸੋ ਮਤਲਬ ਅਤੇ ਦਲਿਤ ਵੋਟ ਬੈਂਕ ਨੂੰ ਕੰਸੋਲੀਡੇਟ ਕਰਕੇ ਦਲਿਤਾਂ ਨੂੰ ਨਾਲ ਲਾਉਣ ਦੀ ਜਿਹੜੀ ਨੀਤੀ ਹੈਗੀ ਹੈ, ਅਤੇ ਵੱਡਾ ਫੈਕਟਰ, ਸਭ ਤੋਂ ਵੱਡਾ ਫੈਕਟਰ ਇਹਦੇ ਵਿੱਚ ਕਿ ਜਿਹੜੀ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਜਿਹੜਾ ਕਿਸਾਨੀ ਹੈਗੀ ਆ, ਕਿਸਾਨੀ ਨੂੰ ਕੰਪਲੀਟਲੀ ਦਰਕਿਨਾਰ ਕਰਨ ਦੀ ਜਿਹੜੀ ਨੀਤੀ ਹੈ, ਮਤਲਬ ਇਹਨੂੰ ਇੱਕ ਐਕਸਪੈਰੀਮੈਂਟ ਦੇ ਤੌਰ 'ਤੇ ਵੀ ਦੇਖਿਆ ਜਾ ਸਕਦਾ ਵੀ BJP ਇਹ ਇੱਕ ਨਵੇਂ ਕਿਸਮ ਦਾ, ਆਪਣੀ ਜਿਹੜੀ ਉਹਨਾਂ ਦੀ ਜੋੜ ਤੋੜ ਦੀ ਸਿਆਸਤ ਹੁੰਦੀ ਆ ਉਸ 'ਤੇ ਥੱਲੇ ਉਹ ਇੱਕ ਐਕਸਪੈਰੀਮੈਂਟ ਕਰਨ ਜਾ ਰਹੇ ਆ। ਸੋ ਇੱਥੇ ਮਤਲਬ ਇਹ ਸਵਾਲ ਹੁਣ ਫਿਰ ਇਹ ਬਣ ਜਾਂਦਾ ਆ, ਤੁਸੀਂ ਇਹ ਕਿਹਾ ਕਿ ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਆ ਉਹ ਤੁਹਾਨੂੰ ਵੱਧਦੀ ਨਜ਼ਰ ਆਉਂਦੀ ਹੈ, ਪਰ ਪੰਜਾਬ ਦਾ ਜਦੋਂ ਅਸੀਂ ਦੇਖਦੇ ਹਾਂ, ਪੰਜਾਬ ਨੇ ਹਮੇਸ਼ਾ ਜਿਹੜਾ ਦਿੱਲੀ ਦਾ ਉਸ ਕਿਸਮ ਦਾ ਗਲਬਾ ਆ ਉਹਨੂੰ ਰਜਿਸਟ ਕੀਤਾ, ਉਹ ਕਾਂਗਰਸ ਦੇ ਰੂਪ ਦੇ ਵਿੱਚ ਵੀ ਸੀ ਇੱਕ ਸਟੇਜ ਦੇ ਉੱਤੇ, ਅਤੇ ਹੁਣ ਸਿੱਧਮ ਸਿੱਧਾ ਜਦੋਂ ਤੋਂ ਨਰਿੰਦਰ ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਬਣੇ ਆ ਉਦੋਂ ਤੋਂ ਬੀਜੇਪੀ ਦੇ ਰੂਪ ਦੇ ਵਿੱਚ ਹੈਗਾ। ਈਵਨ ਜਦੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਆ ਉਹ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕੌਲ ਦਿੱਤੀ ਹੈ, ਪਰ ਜਦੋਂ ਉਹਨਾਂ ਨੇ ਕੌਲ ਦਿੱਲੀ ਚਲੋ ਦੀ ਦਿੱਤੀ, ਜਦੋਂ ਮਤਲਬ ਦਿੱਲੀ ਰੈਜ਼ੋਨੇਟ ਕੀਤਾ ਵੀ ਦਿੱਲੀ ਜਾਣਾ ਆ, ਅਤੇ ਉਹ ਜਿਹੜੀ ਪੰਜਾਬ ਦੀ ਇੱਕ ਤਰਬੀਅਤ ਦਾ ਹਿੱਸਾ ਜਾਂ ਜਿਹੜੀ ਇੱਕ ਹਿਸਟੋਰੀਕਲੀ ਪੰਜਾਬ ਦੀ ਦਿੱਲੀ ਨਾਲ ਜਿਸ ਕਿਸਮ ਦੀ ਟਸਲ ਰਹੀ ਹੈ, ਉਹ ਇੱਕ ਫੈਕਟਰ ਨੇ ਬੜਾ ਕੰਮ ਕੀਤਾ ਕਿਸਾਨ ਸੰਘਰਸ਼ ਦੇ ਵਿੱਚ ਕਿ ਅਸੀਂ ਦਿੱਲੀ ਨੂੰ ਜਿਹੜੀ ਹੈ ਉਹ ਮਾਤ ਦੇਣੀ ਆ। ਸੋ ਪੰਜਾਬ ਵਰਸਿਸ ਦਿੱਲੀ ਦੇ ਨਜ਼ਰੀਏ ਤੋਂ ਜਦੋਂ ਅਸੀਂ ਇਸ ਕੰਟੈਸਟ ਨੂੰ ਦੇਖਦੇ ਹਾਂ ਤਾਂ ਕੀ ਲੱਗਦਾ ਕਿ ਕੀ ਪੰਜਾਬ ਇਸ ਵਕਤ ਫਿਰ 2014 ਅਤੇ 19 ਦੇ ਵਾਂਗ ਦਿੱਲੀ ਨੂੰ ਬੀਜੇਪੀ ਨੂੰ ਮਾਤ ਦੇਊਗਾ? ਦੇਖੋ, ਜਿਹੜੀ ਮੰਦੇ ਭਾਗਾਂ ਨੂੰ ਜੇ ਮੈਂ ਇਹ ਕਹਾਂ ਕਿ ਪੰਜਾਬ ਦੇ ਵਿੱਚ ਇਸ ਸਪਿਰਿਟ ਨੂੰ ਪੋਲੀਟੀਕਲ ਈਡੀਅਮ 'ਚ ਕਨਵਰਟ ਕਰਕੇ ਕੋਈ ਜਥੇਬੰਦਕ ਚੈਲੇਂਜ ਦੇਣ ਵਾਲੀ ਧਿਰ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਨਹੀਂ ਹੈ। ਜੇ ਬਾਦਲ ਅਕਾਲੀ ਦਲ ਹੀ ਇਮਾਨਦਾਰ ਹੁੰਦਾ, ਥੋੜ੍ਹੀ ਬਹੁਤ ਇਮਾਨਦਾਰੀ ਵੀ ਰੱਖਦੇ, ਆਪਣੇ ਡਿਕਲਾਈਨ ਤੋਂ ਬਾਅਦ 15 ਸੀਟਾਂ ਅਸੈਂਬਲੀ 'ਚ ਰਹਿ ਗਈਆਂ, ਫਿਰ ਹੁਣ 3 ਰਹਿ ਗਈਆਂ, ਲੂਜ਼ਰ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਸੁਖਬੀਰ ਬਾਦਲ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲ ਰਿਹਾ, ਜਾਂ ਉੱਥੇ ਜਾ ਕੇ ਉਹਨੂੰ ਵਲਟੋਏ ਨੂੰ ਖੜਾ ਕੀਤਾ, ਜਾਂ ਅਦਰਵਾਈਜ਼ ਵੀ ਈਵਨ ਸੰਗਰੂਰ ਦੇ ਹਵਾਲੇ ਨਾਲ ਵੀ, ਜੇ ਇੱਕ ਵੀ ਧਿਰ ਸਿੰਸੀਅਰ ਹੋ ਕੇ, ਹਾਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਨਾ ਕੁ ਉਹਨਾਂ ਦੇ ਵੱਸ 'ਚ ਹੈ, ਹੁਣ ਆਲਰੇਡੀ ਏਜ ਵੀ ਜਿਹੜੀ ਹੈ ਕੈਚ ਕਰ ਰਹੀ ਹੈ ਔਰ ਔਰਗਨਾਈਜੇਸ਼ਨਲ ਢਾਂਚਾ ਬੜਾ ਮਹਿਦੂਦ ਹੈ, ਆਵਾਜ਼ ਉਹਨਾਂ ਦੀ ਬੁਲੰਦ ਹੈ। ਸੋ ਇਹ ਜੋ ਪੰਜਾਬ ਦੇ ਵਿੱਚ ਬੀਜੇਪੀ ਕਰ ਰਹੀ ਹੈ, ਇਹਨਾਂ ਦੇ ਲਈ ਜਿਹੜਾ ਮਾਡਲ ਹੈ ਉਹ ਹਰਿਆਣਾ ਹੈ, ਸੋਸ਼ਲ ਇੰਜੀਨੀਅਰਿੰਗ। ਸੋਸ਼ਲ ਇੰਜੀਨੀਅਰਿੰਗ ਕੀ ਹੈ? ਤੁਸੀਂ ਹੁਣ ਹਰਿਆਣੇ ਦੀ ਹਰਿਆਣਾ ਬਣਵਾਇਆ ਤਾਂ ਜੱਟਾਂ ਨੇ ਸੀ, ਕਿਉਂਕਿ ਹਾਲਾਂ ਜੇ ਅਸੀਂ ਦੇਖੀਏ ਕਿ ਵੀ ਜੇ ਸੱਚਮੁੱਚ ਪੋਲੀਟੀਕਲ ਐਸਪੀਰੇਸ਼ਨਸ ਕੌਮਾਂ ਦੀ ਹੋਏ ਤਾਂ 2-3 ਜ਼ਿਲ੍ਹੇ ਹਰਿਆਣੇ ਦੇ ਜਿਹੜੇ ਜਾਟ ਨੇ ਵੈਸਟਰਨ ਯੂਪੀ ਦੇ ਨਾਲ ਰਲਾ ਕੇ ਜਾਟ ਲੈਂਡ ਉਹਨਾਂ ਨੂੰ ਦੇਣਾ ਚਾਹੀਦਾ ਸੀ, ਪਰ ਜਦੋਂ ਹਰਿਆਣਾ ਬਣਿਆ ਇਹ ਅੰਡਰਸਟੂਡ ਸੀ, ਜਿਵੇਂ ਜਦੋਂ ਪੰਜਾਬੀ ਸੂਬਾ ਜਾਂ ਪੰਜਾਬ ਬਣਿਆ ਅੰਡਰਸਟੂਡ ਸੀ ਕਿ ਬਈ ਇਹ ਸਿੱਖਾਂ ਦੀ ਪੋਲੀਟੀਕਲ ਐਸਪੀਰੇਸ਼ਨਸ ਨੂੰ ਫੁਲਫਿਲ ਕਰਨ ਲਈ ਹੈ, ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ ਜੀ। ਹੁਣ ਹਰਿਆਣੇ ਦੀ ਡੈਮੋਗ੍ਰਾਫੀ 'ਚ ਜਾਟ ਪਾਪੂਲੇਸ਼ਨ 30% ਹੈ, ਡੋਮੀਨੇਟ ਕਰਦੇ ਸੀ ਚੌਧਰੀ ਬੰਸੀ ਲਾਲ, ਦੇਵੀ ਲਾਲ, ਰਾਓ ਬਰਿੰਦਰ ਸਿੰਘ ਹਮੇਸ਼ਾ। ਅੱਜ ਤੁਸੀਂ ਦੇਖੋ ਜਾਟ ਕਿੱਥੇ ਨੇ ਹਰਿਆਣੇ 'ਚ, ਮਾਰਜਨਲਾਈਜ਼। ਉਹਨਾਂ ਨੇ ਬੀਜੇਪੀ, ਕਿਉਂਕਿ ਜਾਟ ਉਹੀ ਸਰ ਛੋਟੂ ਰਾਮ ਦੀ ਜਿਹੜੀ ਹੈ ਲੈਗੇਸੀ ਵਾਲੇ ਲੋਕ, ਜਿਹਨਾਂ ਨੂੰ ਹੁਣ ਬੀਜੇਪੀ ਦੀ ਪੇਰੈਂਟ ਪਾਰਟੀ ਭਾਰਤੀ ਜਨਸੰਘ ਬਾਣੀਏ ਟ੍ਰੇਡਰ, ਜਿਹਦੀ ਨਫ਼ਰਤ ਕਿਸਾਨ ਔਰ ਬਾਣੀਏ ਦਾ, ਜੇ ਨਫ਼ਰਤ ਦਾ ਇਤਿਹਾਸ ਦੇਖਣਾ ਹੋਏ ਤਾਂ ਉਹ ਵਾਈਟ ਐਂਡ ਬਲੈਕ ਵਾਲੀ ਕੈਟਾਗਰੀ 'ਚ ਚਲਾ ਜਾਂਦਾ ਰੇਸਿਜ਼ਮ ਦੇ, ਕਿਉਂਕਿ ਐਕਸਪਲੋਇਟੇਸ਼ਨ, ਲੁੱਟਣਾ, ਜ਼ੀਰੋਆਂ ਲਾਉਣੀਆਂ, ਸੂਦੀ ਔਰ ਜ਼ਮੀਨਾਂ ਕਬਜ਼ੇ 'ਚ ਕਰਨੀਆਂ, ਜਿਹਨੂੰ ਸਰ ਛੋਟੂ ਰਾਮ ਨੇ ਇਹ ਲਾਅ ਬਣਾ ਕੇ ਕਿ ਗੈਰ ਕਾਸ਼ਤਕਾਰ ਜਿਹੜਾ ਉਹ ਕਾਸ਼ਤਕਾਰ ਦੀ ਜ਼ਮੀਨ ਖਰੀਦ ਹੀ ਨਹੀਂ ਸਕਦਾ, ਉਹ ਵੇਚਦਾ ਹਰਿਆਣਾ ਹੀ ਸੀ ਜੀ। ਇਸ ਲਈ ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਗੈਰ ਜਾਟ ਜਿਹੜਾ ਉਹ ਹਰਿਆਣੇ ਦਾ ਚੀਫ ਮਿਨਿਸਟਰ ਬਣ ਸਕਦਾ। ਪਰ ਤੁਸੀਂ ਬੀਜੇਪੀ ਦਾ ਪਾਠ ਦੇਖੋ ਵੀ ਇਹਨਾਂ ਨੇ ਕਿਵੇਂ BC OBC ਜਿਹੜੇ ਲੈਂਦੇ ਪੰਜਾਬ 'ਚੋਂ ਆਏ ਖੱਤਰੀ, ਜਿਹਨਾਂ ਜਿਵੇਂ ਮਨੋਹਰ ਲਾਲ ਖੱਟੜ ਜਿਹਨਾਂ 'ਚੋਂ ਚੀਫ ਮਿਨਿਸਟਰ ਬਣਿਆ ਜੀ, ਜਾਟ ਬਿਲਕੁਲ ਖੂੰਜੇ ਲਾ ਦਿੱਤੇ ਨੇ। ਅੱਜ ਹੀ ਮੇਰੀ ਇੱਕ ਹੋਰ ਜਾਟ ਬੈਲਟ ਦੇ ਆਗੂ ਨਾਲ ਗੱਲ ਹੋ ਰਹੀ ਸੀ, ਉਹ ਵੀ ਕਹਿੰਦੇ ਜੀ ਕਿ ਬਈ ਜੇ ਇਹ ਪੀਰੀਅਡ ਹੈ ਵੀ ਇਸ ਵੇਲੇ
ਜਾਟਲੈਂਡ ਦੇ ਅੰਦਰ ਜਿਹੜਾ ਇਹਨਾਂ ਪ੍ਰਤੀ ਬਹੁਤ ਹਰਿਆਣੇ 'ਚ ਇਸ ਲਈ ਉਹ ਲੂਜ਼ ਕਰਨਗੇ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਸੌਰ ਔਰ ਜਿਹੜਾ ਇੱਕ ਤਬਕਾ ਜਾਟਾਂ ਦਾ ਉਹ ਹਿੰਦੂਤਵਾ ਦੇ ਢੇ ਚੜ੍ਹ ਗਿਆ, ਪਿਛਲੀ ਵਾਰ 10 ਪਾਰਲੀਮੈਂਟ ਦੀਆਂ ਸੀਟਾਂ ਇਹਨਾਂ ਨੂੰ ਮਿਲੀਆਂ, ਹੁਣ ਇਹੀ ਪੋਲੀਟਿਕਸ ਉਹ ਪੰਜਾਬ 'ਚ ਕਰਨਾ ਚਾਹੁੰਦੇ ਨੇ। ਉਹਨਾਂ ਨੇ ਪੰਜਾਬ 'ਚ ਦੇਖਿਆ ਕਿ ਵੀ ਜਿਹੜਾ ਡੋਮੀਨੇਟਿੰਗ ਸਿੱਖ ਫੈਕਟਰ ਹੈ, ਸਿੱਖ ਫੈਕਟਰ ਜਿਹੜਾ ਕਿਸਾਨ ਹੈ ਉਹੀ ਲੀਡ ਕਰਦਾ, ਅਕਾਲੀ ਦਲ ਦੀ ਵੀ ਬੈਕਬੋਨ ਉਹੀ ਸੀ, ਚੈਲੇਂਜ ਕਰਨ ਦੇ ਵਿੱਚ ਵੀ ਉਹ ਉਹੀ ਸਭ ਤੋਂ ਮੋਹਰੇ ਰਿਹਾ। ਔਰ ਪੰਜਾਬ 'ਚ ਕੋਈ ਐਸੀ ਨਫ਼ਰਤ ਨਹੀਂ ਹੈ ਜ਼ਾਤ ਪਾਤੀ ਜਾਂ ਦੂਸਰੀ ਬੇਸ ਦੇ ਉੱਤੇ, ਹਾਲਾਂ ਇਹ ਮਾਨਸਿਕਤਾ ਤਾਂ ਨਹੀਂ ਤੁਸੀਂ ਕਿਸੇ ਦੀ ਬਦਲ ਸਕਦੇ। ਸੋ ਉਹਨਾਂ ਨੇ ਇਹ ਜਿਹੜੀ ਨਵੀਂ ਸਟ੍ਰੈਟਜੀ ਕੀਤੀ ਹੈ ਉਹ ਇਹੀ ਹੈ ਕਿ ਵੀ ਜੇ ਸ਼ਹਿਰੀ ਹਿੰਦੂ ਬਲੋਕ 12-14-15% ਵੋਟ ਸੋਲਿਡਲੀ, ਦਲਿਤ ਵੋਟ ਤਾਂ 10-12%, ਔਰ ਬਾਕੀ ਜਿਹੜੇ ਭਾਈਚਾਰੇ ਨੇ ਉਹਨਾਂ 'ਚ ਕੋਈ ਹੋਰ ਨਾਂ ਦੇ ਥੱਲੇ 30-32%। ਦੇਖੋ ਜੇ ਪੰਜਾਬ ਦੀਆਂ ਅਸੀਂ ਚੋਣਾਂ ਦੇ ਵੇਲੇ ਦੇਖੋ 32-33% ਕਾਂਗਰਸ ਦੀ ਹੁੰਦੀ ਸੀ, 34-35% ਅਕਾਲੀਆਂ ਦੀ, ਸਰਕਾਰ ਅਕਾਲੀਆਂ ਦੀ ਬਣਦੀ ਸੀ ਜੀ। ਉਹੀ ਜੇ 32-33% ਵੋਟਾਂ ਉਹਨਾਂ ਕੋਲ ਨੇ, 34-35 ਕਾਂਗਰਸ ਕੋਲ ਨੇ, ਸਰਕਾਰ ਕਾਂਗਰਸ ਦੀ ਬਣਦੀ ਸੀ। ਸੋ ਉਹਨਾਂ ਨੂੰ ਪਹਿਲੀ ਸਟੇਜ 'ਤੇ ਤਾਂ ਉਹਨਾਂ ਦੀ ਇਹੀ ਕੋਸ਼ਿਸ਼ ਹੈ ਕਿ ਆਉਣ ਵਾਲੀਆਂ ਅਸੈਂਬਲੀ, ਇਸ ਵਾਰ ਤੋਂ ਉਹਨਾਂ ਦਾ ਮਕਸਦ ਇਸ ਇੰਜੀਨੀਅਰਿੰਗ ਨੂੰ ਪਰਖਣਾ। ਅਸੈਂਬਲੀ ਚੋਣਾਂ 'ਚ ਪਹਿਲੀ ਸਟੇਜ 'ਤੇ ਉਹ ਕਿੰਗ ਮੇਕਰ ਦੇ ਰੋਲ 'ਚ ਆਉਣਾ ਚਾਹੁੰਦੇ ਨੇ ਕਿ ਜੇ 20% ਦੇ ਨੇੜੇ ਤੇੜੇ ਉਹਨਾਂ ਦੀ ਵੋਟ ਪਰਸੈਂਟੇਜ ਪਹੁੰਚ ਜਾਂਦੀ ਹੈ, ਉਹ 20-22 ਸੀਟਾਂ ਦੇ ਉੱਤੇ ਜਿਹੜਾ ਅਸੈਂਬਲੀ ਦੇ ਵਿੱਚ ਛੋਟੇ ਹਲਕੇ ਹੁੰਦੇ ਨੇ, ਹੁਣ ਪਾਰਲੀਮੈਂਟ ਦੇ 9 ਹਲਕੇ ਉਹਦੇ ਨਾਲ ਜੁੜਦੇ ਨੇ। ਸੋ ਖੇਡ ਪੰਜਾਬ 'ਚ ਬੜੀ, ਹਾਲਾਂ ਤੁਸੀਂ ਬਿਲਕੁਲ ਠੀਕ ਕਿਹਾ ਵੀ ਰੱਥ ਰੋਕਣਾ ਪੰਜਾਬ ਦੇ ਹਿੱਸੇ ਆਇਆ, ਪਰ ਸਿੱਖ ਯੂਨਿਟੀ ਕਿੱਥੇ ਹੈ, ਅਕਾਲ ਤਖ਼ਤ ਜਾਂ ਪੰਥਕ ਪਾਰਟੀ ਦੇ ਥੱਲੇ ਕੋਮਨ ਏਜੰਡਾ ਕਿੱਥੇ ਹੈ? ਇੱਕ ਪਾਸੇ ਜੇ ਇਸ ਕਿਸਮ ਦਾ ਹੋਏ ਫਿਰ ਮੈਂ ਸਮਝਦਾ ਵੀ ਪੰਜਾਬ 'ਚ ਜਿਹੜੀਆਂ ਬੈਕਵਰਡ ਕਲਾਸਿਸ ਨੇ ਜਾਂ OBC ਨੇ ਜਾਂ ਜਿਹਨਾਂ ਨੂੰ ਦਲਿਤ ਕਹਿ ਕੇ, ਹੁਣ ਦਲਿਤ ਮਾਝੇ ਦੇ ਵਿੱਚੋਂ ਮਜ਼੍ਹਬੀ ਹੈ ਜਿਹੜਾ ਅੱਗੇ ਵੱਧ ਕੇ ਜੇ ਸਿੱਖੀ ਲਈ ਲੜਨ ਵਾਲੀਆਂ ਪਹਿਲੀਆਂ ਜਿੰਨੀਆਂ ਤੁਹਾਡੀਆਂ ਸਿੱਖ ਐਲਾਈਜ਼ ਨੇ, ਲਾਈਟ ਇਨਫੈਂਟਰੀਜ਼, ਉਹ ਸਾਰੀ ਮਜ਼੍ਹਬੀ ਸਿੱਖਾਂ 'ਤੇ ਮਹਿਦੂਦ ਰਹੀਆਂ ਨੇ ਜੀ, ਫੌਜ ਦੇ ਅੰਦਰ ਵੀ ਔਰ ਦੂਸਰੇ ਵੀ। ਔਰ ਉਹਦੇ 'ਚ ਜੇ ਅਸੀਂ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਦੀ ਗੱਲ ਕਰਦੇ ਹਾਂ ਤਾਂ ਇਹ ਕਿਵੇਂ ਕਿਸੇ ਨੂੰ ਕਿਸਾਨੀ ਜਾਂ ਨੌਨ ਕਿਸਾਨੀ ਨਾਲ ਨਫ਼ਰਤ ਦੀ, ਸਿੱਖ ਤਾਂ ਸਿੱਖ ਹੈ। ਸੋ ਇਹ ਤਾਂ ਹੀ ਹੋ ਸਕਦਾ ਇਹ ਕੱਲ, ਔਰ ਇਹਨੂੰ ਅੱਜ ਮੈਂ ਕਿਸੇ ਐਨਾਲਿਸਟ ਦਾ ਦੇਖ ਰਿਹਾ ਸੀ ਕਿ ਜੀ ਇਹ ਪੰਜਾਬ 'ਚ ਜਿਹੜੇ ਇਸ਼ੂ ਆਉਂਦੇ ਨੇ ਸਿੱਖੀ ਨਹੀਂ, ਐਮੋਸ਼ਨਲ ਇਸ਼ੂ ਹੁੰਦਾ। ਸਿੱਖੀ ਐਮੋਸ਼ਨ ਤੁਹਾਡੀ ਚੀਜ਼ ਹੈ ਕੋਈ? ਸਿੱਖੀ ਤੁਹਾਡੀ ਜੀਵਨ ਜਾਂਚ ਹੈ। ਔਰ ਜੇ ਨਜ਼ਰ ਆਉਂਦਾ ਹੈ ਜੇ ਕਿਸਾਨੀ ਮੂਵਮੈਂਟ ਚੱਲੀ ਔਰ ਇਹਦੇ 'ਚ ਇੱਕ ਰਿਮਾਰਕੇਬਲ ਪਾਰਟ ਸੀ ਜਿਹਨੂੰ, ਜਿਹਦੇ ਕਰਕੇ BJP ਇਹਨਾਂ ਚੋਣਾਂ ਦੇ ਵਿੱਚੋਂ ਨਫ਼ਰਤ ਕਿਸਾਨ ਜਾਂ ਸਿੱਖ ਜਾਂ ਕਿਰਤੀ ਜਾਂ ਈਵਨ ਸ਼ਹਿਰੀ ਬਾਣੀਆਂ ਕਿੱਧਰ ਨੂੰ ਜਾਏਗਾ ਚੋਣਾਂ 'ਚ ਇਹ ਤਾਂ ਪਤਾ ਨਹੀਂ, ਲੇਕਿਨ ਕਿਸਾਨ ਮੋਰਚੇ ਵੇਲੇ ਕੋਈ ਵਿਰੋਧ 'ਚ ਨਹੀਂ ਖਲੋਤਾ ਕਿਉਂਕਿ ਪੰਜਾਬ ਦਾ ਜਿਹੜਾ ਇੱਕ ਪ੍ਰੈਕਟੀਕਲ ਆਸਪੈਕਟ ਹੈ ਉਹਨਾਂ ਨੂੰ ਇਹ ਸਮਝ ਵੀ ਆਈ ਹੈ ਕਿ ਸਾਡੀ ਹੋਣੀ ਕਿਸਾਨ ਦੇ ਨਾਲ ਜੁੜੀ ਹੋਈ ਹੈ ਜੀ। ਖੇਤ 'ਚ ਕੰਮ ਕਰਨ ਵਾਲੇ ਨੂੰ ਵੀ ਪਤਾ ਹੈ ਕਿ ਭਾਈ ਮੈਂ ਪੰਜਾਬੀ ਹੈ, ਜੇ ਇੱਕ UP-Bihar ਦਾ ਆ ਕੇ ਰਿਕਸ਼ਾ ਚਲਾਉਂਦਾ, ਸਬਜ਼ੀਆਂ ਦੀ ਮਾਰਕੀਟ ਉਹਨਾਂ ਕਾਬੂ ਕੀਤੀ ਹੈ, ਉਹ ਜਿਹੜੀਆਂ ਨਰਸਰੀ ਸੀ ਉਹ ਤਾਂ ਉਹਨਾਂ ਦੇ ਕੋਲ ਪਹਿਲਾਂ ਹੀ ਸੀ, ਦੂਸਰਾ ਸਾਰਾ ਪਾਰਟ ਹੈ, ਮੇਰਾ ਮਰਨਾ ਜੀਣਾ ਜਿਹੜਾ ਉਹ ਪੰਜਾਬ ਦੇ ਨਾਲ ਹੈ। ਔਰ ਜਿੱਥੇ ਈਵਨ ਸੰਤ ਰਾਮ ਉਦਾਸੀ ਵਰਗੇ ਰੈਵੋਲਿਊਸ਼ਨਰੀ ਸ਼ਾਇਰ ਜਿਹੜੇ ਬੇਸ਼ੱਕ ਸੋਸ਼ਲ ਡਿਵਾਈਡ ਦੀ ਗੱਲ ਕਰਦੇ ਨੇ, ਪਰ ਜਦੋਂ ਜੱਟ ਅਤੇ ਸੀਰੀ ਗੜ ਲੱਗ ਕੇ ਰੋਂਦੇ ਨੇ ਇੱਕ ਦੂਜੇ ਦੇ, ਜੇ ਖੇਤ ਨਹੀਂ ਹੁੰਦਾ ਤਾਂ ਉਹ ਜੱਟ ਔਰ ਕਿਸਾਨ ਜਿਹੜਾ ਮਜ਼ਦੂਰ ਹੈ ਉਹ ਸੈਪਰੇਟ ਨਹੀਂ ਹੈ। ਔਰ ਇਹਦੇ 'ਚ ਮੈਂ ਕੋਈ ਕਾਸਟ ਦੇ ਐਂਗਲ ਤੋਂ ਜੱਟ ਲਫ਼ਜ਼ ਨਹੀਂ ਇਸਤੇਮਾਲ ਕਰ ਰਿਹਾ, ਮੈਂ ਕਿਸਾਨੀ ਤਾਂ, ਕਿਉਂਕਿ ਕਿਵੇਂ ਹੋ ਸਕਦਾ ਵੀ ਤੁਸੀਂ ਪੰਜਾਬ ਦੀ ਕਿਸਾਨੀ ਦੀ ਗੱਲ ਨਾ ਕਰੋ, MSP ਦੀ ਗੱਲ ਨਾ ਕਰੋ,
ਦੂਸਰਾ ਨਾ ਸਾਰੀ ਜਿਹਦੀ ਇਕਾਨਮੀ ਉਹਦੇ 'ਤੇ ਬੇਸਡ ਹੈ, ਸਾਰਾ ਚੱਲ ਚਲਾ ਉਹਦੇ ਨਾਲ ਜੁੜਿਆ ਹੋਇਆ। ਸੋ ਬੀਜੇਪੀ ਨੇ ਗੰਦੀ ਖੇਡ ਖੇਡੀ ਹੈ ਇਸ ਵਾਰ, ਅਜੇ ਉਸਦਾ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਹੈ, ਔਰ ਅਸੀਂ ਹੋਪ ਕਰਦੇ ਹਾਂ ਕਿ ਇਹ ਬੀਜ ਜਿਹੜਾ ਉਹ ਧਰਤੀ ਦੇ ਥੱਲੇ ਹੀ ਦੱਬਿਆ ਰਹੇਗਾ, ਇਹ ਪੁੰਗਰੇਗਾ ਨਹੀਂ। ਜੇ ਪੁੰਗਰਿਆ ਤਾਂ ਇਹ ਬਹੁਤ ਖਤਰਨਾਕ ਹੱਦ ਤੱਕ ਜਾਏਗਾ, ਔਰ ਇਸ ਨੂੰ ਇਹ ਫਿਰ ਨਫ਼ਰਤ ਦੀ ਰਾਜਨੀਤੀ 'ਚੋਂ ਹੀ ਇਹ ਆਪਣੀਆਂ ਰੋਟੀਆਂ ਸੇਕਦੇ ਨੇ। ਉਹ ਹਿੰਦੂ ਮੁਸਲਮਾਨ ਹੋਏ ਜਾਂ ਕਿਸੇ ਹੋਰ ਥਾਂ 'ਤੇ ਜਾ ਕੇ ਉਹ ਦਰਾਵੜਾਂ ਦੇ ਖਿਲਾਫ਼, ਉਹ ਜਗਨਨਾਥ ਪੁਰੀ 'ਚ ਕਹਿ ਰਿਹਾ ਜੀ ਤੁਹਾਡੀਆਂ ਚਾਬੀਆਂ ਤਾਮਿਲ ਲੈ ਗਏ, ਅਤੇ ਕਿਤੇ ਹੋਰ ਜਾ ਕੇ ਕਿਸੇ ਹੋਰ ਦੇ ਖਿਲਾਫ਼ ਜਿਹੜੀ ਲਾਈਨ ਹੈ, ਜਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਇਹ ਕਾਸਟ ਜੀ, ਇਹ ਗੁੱਜਰ ਅੱਡ ਨੇ ਅਤੇ ਇਹ ਫਲਾਣੇ ਗੋਜਰੀ ਅੱਡ ਨੇ ਅਤੇ ਪੁੰਛੀ ਅੱਡ ਨੇ ਅਤੇ ਰਿਆਸੀ ਵਾਲੇ ਅੱਡ ਨੇ ਜਿੱਥੇ ਉਹ ਰਿਜ਼ਰਵੇਸ਼ਨ ਦੇ ਨਾਂ ਥੱਲੇ, ਉੱਥੇ ਵੀ ਉਹਨਾਂ ਦੀ ਕੋਸ਼ਿਸ਼ ਹੈ ਕਿ ਮੁਸਲਮਾਨ ਵੋਟ ਬੈਂਕ ਨੂੰ ਵੀ ਇਸ ਕਿਸਮ ਨਾਲ ਡਿਵਾਈਡ ਕਰੋ। ਉਹਨਾਂ ਨੂੰ ਲੱਗੇ ਜੀ ਅਸੀਂ ਤਾਂ ਸਪੈਸ਼ਲ ਰਿਜ਼ਰਵੇਸ਼ਨ ਵਾਲੇ ਗੁੱਜਰ ਹੈ, ਨਹੀਂ ਇਹ ਤਾਂ ਜਿਹੜੇ ਨੇ ਉਹ ਦੂਸਰੀ ਧਾਰਾ ਵਾਲੇ ਨੇ। ਪਰ ਮੈਨੂੰ ਲੱਗਦਾ ਵੀ ਪੰਜਾਬ ਗੁਰੂਆਂ ਦੀ ਧਰਤੀ ਹੈ, ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ਾਂ 'ਚ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਪੰਜਾਬ ਦੀ ਗੈਰਤ ਅਣਖ ਔਰ ਪੰਜਾਬ ਦਾ ਕਰੰਟ ਸਿੱਖੀ ਵੈਲਿਊਜ਼ ਹੈ ਜਿਸ 'ਚ ਲਲਕਾਰ ਹੈ, ਭਵਕਾਰ ਹੈ, ਚੈਲੇਂਜ ਹੈ, ਰਿਵੋਲਟ ਹੈ, ਰਿਬੈਲੀਅਨ ਹੈ, ਔਰ ਸਰਬੱਤ ਦੇ ਭਲੇ ਦੀ ਗੱਲ ਹੈ। ਇੱਥੇ ਹਿੰਦੂਤਵਾ ਦਾ ਨਫ਼ਰਤ ਦਾ ਬੀਜ ਜਿਹੜਾ ਹੈ ਉਹ ਪੋਂਗਰ ਨਹੀਂ ਸਕਦਾ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡਾ ਜਿਹੜਾ ਅੱਜ ਦਾ ਅਖੀਰਲਾ ਸੈਗਮੈਂਟ ਹੈਗਾ ਉਹਦੇ 'ਤੇ ਵਿਚਾਰ ਚਰਚਾ ਕਰਾਂਗੇ।